ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਹੀ ਮੈਂ ਤੁਹਾਡੇ ਵਾਸਤੇ ਚੋਲਾਂ ਦੀਆਂ ਬਹੁਤ ਹੀ ਟੇਸਟੀ ਪਿੰਨੀਆਂ ਦੀ ਰੈਸিপি ਲੈ ਕੇ ਆਈ ਹਾਂ ਪੰਜਾਬੀਆਂ ਦਾ ਘਰ ਹੋਵੇ ਤੇ ਠੰਡ ਦੇ ਮੌਸਮ ਵਿੱਚ ਚੋਲਾਂ ਦੀਆਂ ਪਿੰਨੀਆਂ ਨਾ ਬਣਾ ਨਾ ਐਵੇਂ ਤਾਂ ਬਿਲਕੁਲ ਨਹੀਂ ਹੋ ਸਕਦਾ ਪੰਜਾਬ ਦੇ ਘਰਾਂ ਵਿੱਚ ਜਿਹੜਾ ਠੰਡ ਦੇ ਮੌਸਮ ਵਿੱਚ ਚੋਲਾਂ ਦੀਆਂ ਪਿੰਨੀਆਂ ਜ਼ਰੂਰ ਬਣਾਈਆਂ ਜਾਂਦੀਆਂ ਨੇ ਤੇ ਅੱਜ ਦੀਆਂ ਜਿਹੜੀਆਂ ਇਹ ਵਾਲੀਆਂ ਪਿੰਨੀਆਂ ਮੈਂ ਲੈ ਕੇ ਆਈਆਂ ਹਨ ਇਹਨਾਂ ਦੀ ਖਾਸ ਗੱਲ ਇਹ ਹੈ ਕਿ ਆਪਾਂ ਇਹਨਾਂ ਨੂੰ ਬਿਨਾ ਘਿਓ ਤੋਂ ਬਣਾਉਣ ਵਾਲੇ ਆ ਬਿਨਾ ਘਿਓ ਤੇ ਬਿਨਾ ਖੋਏ ਤੋਂ ਬਣਾਵਾਂਗੇ ਫਿਰ ਵੀ ਤੁਹਾਨੂੰ ਇਹ ਜਿਹੜਾ ਇੱਕ ਖੋਏ ਦਾ ਟੇਸਟ ਦੇਣ ਗਿਆ ਤਾਂ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਇਹ ਰੈਸਪੀ ਚੰਗੀ ਲੱਗੇਗੀ ਚੰਗੀ ਲੱਗੀ ਤਾਂ ਫਿਰ ਇਹਨੂੰ ਲਾਈਕ ਜ਼ਰੂਰ ਕਰਿਓ ਤੇ ਚਲੋ ਫਿਰ ਇਹਨਾਂ ਨੂੰ ਬਣਾਉਣਾ ਸ਼ੁਰੂ ਕਰਦੇ ਆਂ ਚੌਲਾਂ ਦੀਆਂ ਪਿੰਨੀਆਂ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਇੱਕ ਕੌਲੀ ਲੈ ਲੈਣਾ ਚੌਲਾਂ ਦਾ ਆਟਾ ਨਾਪ ਪਹੁੰਚਦੇ ਨਾ ਤੁਸੀਂ ਕੋਈ ਵੀ ਕੋਲੀ ਆ ਕਪ ਸੈਟ ਕਰ ਲੈਣਾ ਸਾਰਾ ਨਾਪ ਉਹਦੇ ਨਾਲ ਹੀ ਲੈਣਾ ਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਅੱਧੀ ਕੌਲੀ ਪਾਵਾਂਗੇ ਸੂਜੀ ਸੂਜੀ ਜੀ ਨੂੰ ਰਵਾ ਵੀ ਕਿਹਾ ਜਾਂਦਾ ਹੈ ਜੇ ਤੁਸੀਂ ਕਦੀ ਚੌਲਾਂ ਦੀਆਂ ਪਿੰਨੀਆਂ ਸੂਜੀ ਵਾਲੀਆਂ ਨਹੀਂ ਬਣਾਈਆਂ ਨਾ ਤਾਂ ਇੱਕ ਵਾਰੀ ਇਸ ਤਰ੍ਹਾਂ ਬਣਾ ਕੇ ਜ਼ਰੂਰ ਦੇਖਿਓ ਟੇਸਟੀ ਬਹੁਤ ਜ਼ਿਆਦਾ ਬਣਦੀਆਂ ਨੇ ਤੇ ਇੱਕ ਬਿਲਕੁਲ ਇੱਕ ਦਾਣੇਦਾਰ ਟੈਕਸਚਰ ਇਹਨਾਂ ਪਿੰਨੀਆਂ ਦਾ ਆ ਜਾਂਦਾ ਹੁਣ ਆਪਾਂ ਇਸ ਨੂੰ ਆਟੇ ਨੂੰ ਗੈਸ ਦੇ ਘੱਟ ਫਲੇਮ ਤੇ ਜਿਹੜਾ 8 ਤੋਂ 10 ਮਿੰਟ ਵਾਸਤੇ ਰੋਸਟ ਕਰ ਲੈਣਾ 8 ਤੋਂ 10 ਮਿੰਟ ਵਾਸਤੇ ਪਹਿਲਾਂ ਆਪਾਂ ਭੁੰਨਣਾ ਟੋਟਲ ਇਹਨੂੰ ਭੁੰਨਣ ਵਾਸਤੇ ਜਿਹੜਾ 12 ਮ ਇਸ ਪੂਰੇ ਪ੍ਰੋਸੈਸ ਵਿੱਚ ਆਪਾਂ ਇਸ ਚੀਜ਼ ਦਾ ਧਿਆਨ ਰੱਖਣਾ ਗੈਸ ਦਾ ਫਲੇਮ ਘੱਟ ਹੀ ਰੱਖਣਾ ਘੱਟ ਫਲੇਮ ਤੇ ਜਿਹੜਾ ਆਟਾ ਚੰਗੀ ਤਰ੍ਹਾਂ ਰੋਸਟ ਵੀ ਹੋ ਜਾਏਗਾ ਭੁੰਨਿਆ ਵੀ ਜਾਏਗਾ ਤੇ ਇਹਦੇ ਵਿੱਚ ਕੱਚਾਪਨ ਵੀ ਨਹੀਂ ਰਹੇਗਾ ਤੇ ਜਿਹੜਾ ਇਹਦਾ ਕਲਰ ਹੈ ਉਹ ਵੀ ਜ਼ਿਆਦਾ ਚੇਂਜ ਨਹੀਂ ਹੋਏਗਾ ਹਲਕਾ ਜਿਹਾ ਸਿਰਫ ਇਹਦਾ ਕਲਰ ਹੈ ਜਿਹੜਾ ਚੇਂਜ ਹੋਏਗਾ ਤਾਂ ਇਹ ਦੇਖੋ ਆਪਾਂ ਇਹਨੂੰ ਐਵੇਂ ਲਗਾਤਾਰ ਚਲਾਉਂਦੇ ਹੋਏ ਹੁਣ ਜਿਹੜਾ 7 ਤੋਂ 8 ਮਿੰਟ ਵਾਸਤੇ ਭੁੰਨ ਲਿਆ ਹਲਕਾ ਜਿਹਾ ਦਾ ਕਲਰ ਚੇਂਜ ਹੋਇਆ 7 ਤੋਂ 8 ਮਿੰਟ ਬਾਅਦ ਨਾਲ ਆਪਾਂ ਇਹਦੇ ਵਿੱਚ ਅੱਧੀ ਕੌਲੀ ਪਾਵਾਂਗੇ ਨਾਰੀਅਲ ਦਾ ਬੁਰਾਦਾ ਨਾਰੀਅਲ ਦਾ ਜਿਹੜਾ ਬੂਰਾ ਹੈ ਨਾ ਉਹ ਪਾਵਾਂਗੇ ਜੇ ਤੁਹਾਡੇ ਕੋਲ ਇਹ ਨਹੀਂ ਹੈ ਨਾ ਫਿਰ ਤੁਸੀਂ ਜਿਹੜੀ ਗਰੀ ਆਂਦੀ ਹੈ ਸੁੱਕੀ ਖੋਪਾ ਆਂਦਾ ਉਹਨੂੰ ਵੀ ਜਿਹੜਾ ਕੱਦੂ ਕਸ ਕਰਕੇ ਪਾ ਸਕਦੇ ਹੋ ਤੇ ਇਹਦੇ ਵਿੱਚ ਥੋੜੇ ਜਿਵੇਂ ਮੈਂ ਪਾ ਦਿੱਤੇ ਆ ਬਾਦਾਮ ਤੇ ਪਿਸਤਾ ਤੁਸੀਂ ਚਾਹੋ ਤੇ ਬਾਦਾਮ ਪਿਸਤਾ ਤੇ ਕਾਜੂ ਇਹਦੇ ਵਿੱਚ ਜਿਹੜਾ ਉਹ ਵੀ ਪਾ ਸਕਦੇ ਹੋ ਤੇ ਇਹਨਾਂ ਨੂੰ ਆਪਾਂ ਬਿਲਕੁਲ ਬਰੀਕ ਕੱਟ ਕਰ ਲੈਣਾ ਇਹਨਾਂ ਨੂੰ ਪਾਣ ਤੋਂ ਬਾਅਦ ਵੀ ਆਪਾਂ ਇਹਨੂੰ ਜਿਹੜਾ 2 ਤੋਂ 3 ਮਿੰਟ ਵਾਸਤੇ ਹੋਰ ਭੁੰਨ ਲਾਂਗੇ ਤੇ ਦੇਖੋ ਤੁਹਾਨੂੰ ਪਤਾ ਵੀ ਚੱਲ ਰਿਹਾ ਹੋਗਾ ਨਾ ਹਲਕਾ ਜਿਹਦਾ ਜਿਹੜਾ ਕਲਰ ਹੈ ਪਹਿਲਾਂ ਨਾਲੋਂ ਥੋੜਾ ਜਿਹਾ ਚੇਂਜ ਹੋ ਗਿਆ ਟੋਟਲ ਆਟੇ ਨੂੰ ਪੁੰਨਣ ਵਿੱਚ ਆਪਾਂ ਨੂੰ ਆਰਾਮ ਨਾਲ ਜਿਹੜਾ 12 ਮਿੰਟ ਦੇ ਕਰੀਬ ਲੱਗ ਜਾਂਦੇ ਨੇ ਆ ਤੇ ਜੇ ਤੁਸੀਂ ਜ਼ਿਆਦਾ ਕੁਆਂਟੀਟੀ ਵਿੱਚ ਬਣਾ ਰਹੇ ਹੋ ਜ਼ਿਆਦਾ ਮਾਤਰਾ ਵਿੱਚ ਬਣਾ ਰਹੇ ਹੋ ਫਿਰ ਥੋੜਾ ਜ਼ਿਆਦਾ ਟਾਈਮ ਵੀ ਲੱਗ ਸਕਦਾ ਹੈ ਤੇ ਇਹ ਦੇਖੋ ਆਟਾ ਹੁਣ ਆਪਾਂ ਜਿਹੜਾ ਚੰਗੀ ਤਰ੍ਹਾਂ ਭੁੰਨ ਲਿਆ ਨਾਲ ਹੀ ਇਹਦੇ ਡਰਾਈ ਫਰੂਟਸ ਵੀ ਆਪਾਂ ਚੰਗੀ ਤਰ੍ਹਾਂ ਭੁੰਨ ਲਿਆ ਹੁਣ ਇਹਨੂੰ ਇੱਕ ਦੂਜੇ ਭਾਂਡੇ ਵਿੱਚ ਆਪਾਂ ਕੱਢ ਦਾਂਗੇ ਤੇ ਕੜਾਈ ਵਿੱਚ ਆਪਾਂ ਹੁਣ 2 ਕੱਪ ਪਾਵਾਂਗੇ ਦੁੱਧ 2 ਕੌਲੀਆਂ ਜਿਹੜੀ ਕੌਲੀ ਨਾਲ ਆਪਾਂ ਨਾਪ ਲਿਆ ਸੀ ਨਾ ਉਸੇ ਨਾਲ ਹੀ ਆਪਾਂ 2 ਕੌਲੀਆਂ ਦੇ ਵਿੱਚ ਦੁੱਧ ਪਾਣਾ ਤੇ ਇੱਕ ਕੌਲੀ ਆਪਾਂ ਇਹਦੇ ਵਿੱਚ ਪਾਵਾਂਗੇ ਖੰਡ ਦੀ ਤੁਸੀਂ ਮਿੱਠਾ ਘੱਟ ਪਸੰਦ ਕਰਦੇ ਹੋ ਤਾਂ ਥੋੜਾ ਜਿਹਾ ਘੱਟ ਵੀ ਕਰ ਸਕਦੇ ਹੋ ਥੋੜਾ ਜ਼ਿਆਦਾ ਵੀ ਇਹਦੇ ਵਿੱਚ ਕਰ ਸਕਦੇ ਹੋ ਮੈਂ ਇੱਕ ਕੌਲੀ ਤੋਂ ਥੋੜਾ ਜਿਹਾ ਘੱਟ ਪਾਇਆ ਆ 2 ਕੌਲੀਆਂ ਆਪਾਂ ਦੁੱਧ ਦੀਆਂ ਪਾਣੀਆਂ ਇਸ ਤੋਂ ਬਾਅਦ ਆਪਾਂ ਇਹਨੂੰ ਜਿਹੜਾ ਦੁੱਧ ਨੂੰ ਪਕਾਵਾਂਗੇ ਨਾਲ ਹੀ ਥੋੜਾ ਜਿਹਾ ਮੇਦੇ ਵਿੱਚ ਹਰੀ ਇਲਾਇਚੀ ਦਾ ਪਾਊਡਰ ਪਾ ਦਿੱਤਾ ਹੈ ਪੀਸੀ ਹੋਈ ਹਰੀ ਇਲਾਇਚੀ ਜਿਹੜੀ ਛੋਟੀ ਇਲਾਇਚੀ ਆਉਂਦੀ ਹੈ ਨਾ ਉਹ ਪਾਈਏ ਤੁਹਾਨੂੰ ਵਧੀਆ ਲੱਗਦਾ ਹੈ ਦਾ ਟੇਸਟ ਤਾਂ ਜ਼ਰੂਰ ਪਾਓ ਜੇ ਇਲਾਇਚੀ ਦਾ ਟੇਸਟ ਤੁਹਾਨੂੰ ਵਧੀਆ ਨਹੀਂ ਲੱਗਦਾ ਤਾਂ ਫਲੇਵਰ ਫਿਰ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਤਾਂ ਹੁਣ ਆਪਾਂ ਦੁੱਧ ਨੂੰ ਇਹ ਜਿਹੜਾ ਉਦੋਂ ਤੱਕ ਪਕਾਣਾ ਜਦੋਂ ਤੱਕ ਇਹ ਅੱਧਾ ਨਹੀਂ ਰਹਿ ਜਾਂਦਾ ਜਿਵੇਂ ਆਪਾਂ 2 ਕੌਲੀਆਂ ਦੁੱਧ ਲਿਆ ਨਾ ਤੇ ਇਹਨੂੰ ਉਦੋਂ ਤੱਕ ਆਪਾਂ ਪਕਾਵਾਂਗੇ ਜਦੋਂ ਤੱਕ 1 ਕੌਲੀ ਦੇ ਕਰੀਬ ਨਹੀਂ ਰਹਿ ਜਾਂਦਾ ਆ ਇਸ ਤਰ੍ਹਾਂ ਇਹ ਨਾ ਜਿਹੜਾ ਦੁੱਧ ਇੱਕ ਬਿਲਕੁਲ ਆਪਾਂ ਨੂੰ ਬਾਅਦ ਵਿੱਚ ਪਿੰਨੀਆਂ ਵਿੱਚ ਇੱਕ ਖੋਏ ਦਾ ਟੇਸਟ ਦੇਏਗਾ ਤੇ ਹੁਣ ਆਪਾਂ ਇਹਨੂੰ ਐਵੇਂ ਹੀ ਲਗਾਤਾਰ ਚਲਾਉਂਦੇ ਰਹਿਣਾ ਇਹ ਦੇਖੋ ਪਹਿਲਾਂ ਨਾਲੋਂ ਦੀ ਕੁਆਂਟੀਟੀ ਕਾਫੀ ਘੱਟ ਘੱਟ ਹੋ ਚੁੱਕੀ ਹੈ ਨਾ ਦੁੱਧ ਪਹਿਲਾਂ ਨਾਲੋਂ ਗਾੜਾ ਵੀ ਕਾਫੀ ਹੋ ਗਿਆ ਤੇ ਜਿਦੋਂ ਆਪਾਂ ਨੂੰ ਲੱਗੇ ਕਿ ਹੁਣ ਜਿਹੜਾ ਦੁੱਧ ਸਿਰਫ ਇੱਕ ਕੌਲੀ ਦੇ ਕਰੀਬ ਹੀ ਰਹਿ ਗਿਆ ਫਿਰ ਆਪਾਂ ਗੈਸ ਦਾ ਫਲੇਮ ਹੈ ਜਿਹੜਾ ਬੰਦ ਕਰ ਦੇਣਾ ਤੇ ਦੁੱਧ ਨੂੰ ਆਪਾਂ ਇਸ ਤੋਂ ਬਾਅਦ ਠੰਡਾ ਬਿਲਕੁਲ ਨਹੀਂ ਕਰਨਾ ਜਿਹੜੇ ਭਾਂਡੇ ਵਿੱਚ ਆਪਾਂ ਚੌਲਾਂ ਦਾ ਆਟਾ ਪਾ ਕੇ ਰੱਖਿਆ ਹੋਇਆ ਸੀ ਨਾ ਬਸ ਇਹ ਗਰਮ ਗਰਮ ਦੁੱਧ ਆਪਾਂ ਜਿਹੜਾ ਉਹਦੇ ਵਿੱਚ ਪਾ ਦੇਣਾ ਥੋੜਾ ਥੋੜਾ ਕਰਕੇ ਆਪਾਂ ਉਹਦੇ ਵਿੱਚ ਦੁੱਧ ਮਿਲਾ ਦਾਂਗੇ ਤੇ ਚੰਗੀ ਤਰ੍ਹਾਂ ਹਿਲੇ ਕਿਉਂਕਿ ਮਿਕਸਚਰ ਵੀ ਗਰਮ ਹੈ ਤੇ ਦੁੱਧ ਵੀ ਗਰਮ ਹੈ ਨਾ ਤੇ ਚਮਚ ਨਾਲ ਆਪਾਂ ਇਹਨੂੰ ਐਵੇਂ ਮਿਲਾਉਂਦੇ ਜਾਵਾਂਗੇ ਆ ਥੋੜਾ ਥੋੜਾ ਕਰਕੇ ਆਪਾਂ ਇਹਦੇ ਵਿੱਚ ਦੁੱਧ ਪਾਉਂਦੇ ਅਈ ਸਿੱਸ ਦਾ ਤੁਸੀਂ ਧਿਆਨ ਰੱਖਣਾ ਹੈ ਦੁੱਧ ਨੂੰ ਠੰਡਾ ਨਹੀਂ ਕਰਨਾ ਜਿਵੇਂ ਆਪਾਂ ਗੈਸ ਦਾ ਫਲੇਮ ਬੰਦ ਕੀਤਾ ਗੈਸ ਬੰਦ ਕੀਤੀ ਬਸ ਗਰਮ ਦੁੱਧ ਦੀ ਆਪਾਂ ਇਹਦੇ ਵਿੱਚ ਆਟੇ ਵਿੱਚ ਚੰਗੀ ਤਰ੍ਹਾਂ ਮਿਲਾ ਦਾਂਗੇ ਤੇ ਹੁਣ ਕਿਉਂਕਿ ਮਿਕਸਚਰ ਕਾਫੀ ਗਰਮ ਹੈ ਨਾ ਇਹਨੂੰ ਥਾਲੀ ਜਾਂ ਪਲੇਟ ਨਾਲ ਆਪਾਂ ਟੱਕ ਕੇ 2 ਮਿੰਟ ਵਾਸਤੇ ਐਵੇਂ ਪਿਆ ਰਹਿਣ ਦੇਣਾ ਤੇ ਹੁਣ ਇਹਨੂੰ ਟੱਕੇ ਹੋਏ ਨੂੰ ਜਿਹੜਾ 2 ਮਿੰਟ ਦੇ ਕਰੀਬ ਹੋ ਚੁੱਕੇ ਆ ਥਾਲੀ ਆਪਾਂ ਉੱਪਰੋਂ ਇਹਦੀ ਜਿਹੜੇ ਉਤਾਰ ਦਿੰਨੇ ਆ ਤੇ ਇਹ ਦੇਖੋ ਮਿਕਸਚਰ ਜਿਹੜਾ ਆਪਣਾ ਐਵੇਂ ਦਾ ਹੋ ਜਾਏਗਾ ਇਸ ਤੋਂ ਬਾਅਦ ਆਪਾਂ ਇਹਨਾਂ ਨੂੰ ਹੱਥਾਂ ਨਾਲ ਹੀ ਚੰਗੀ ਤਰ੍ਹਾਂ ਮਿਲਾਵਾਂਗੇ ਤੇ ਆਪਾਂ ਇਹ ਪਿੰਨੀਆਂ ਬਣਾ ਕੇ ਦੇਖਾਂਗੇ ਕਿ ਪਿੰਨੀਆਂ ਨੇ ਜਿਹੜੀਆਂ ਬਹੁਤ ਹੀ ਈਜ਼ੀਲੀ ਬਣ ਜਾਂਦੀਆਂ ਨੇ ਕਿਉ ਉਹਦਾ ਆਪਾਂ ਇਹਦੇ ਵਿੱਚ ਬਿਲਕੁਲ ਵੀ ਨਹੀਂ ਯੂਜ਼ ਕੀਤਾ ਜੇ ਫਿਰ ਵੀ ਤੁਸੀਂ ਘਿਓ ਇਹਦੇ ਵਿੱਚ ਪਾਣਾ ਚਾਹੁੰਦੇ ਹੋ ਤਾਂ ਇਸ ਟਾਈਮ ਹੈ ਜਿਹੜਾ 1 ਤੋਂ 2 ਚਮਚ ਤੇਸੀ ਘਿਓ ਹੈ ਜਿਹੜਾ ਗਰਮ ਕਰਕੇ ਇਹਦੇ ਵਿੱਚ ਪਾ ਸਕਦੇ ਹੋ ਪਰ ਆਪਾਂ ਇਹ ਪਿੰਨੀਆਂ ਬਿਨਾਂ ਘਿਓ ਤੋਂ ਬਣਾ ਰਹੇ ਹਾਂ ਤੇ ਇਹਦੇ ਵਿੱਚ ਮੈਂ ਘਿਓ ਬਿਲਕੁਲ ਵੀ ਐਡ ਨਹੀਂ ਕਰ ਰਹੀ ਤੇ ਇਹ ਦੇਖੋ ਪਿੰਨੀਆਂ ਨੇ ਜਿਹੜੀਆਂ ਬਹੁਤ ਹੀ ਈਜ਼ੀਲੀ ਬਣ ਰਹੀਆਂ ਨੇ ਇਸੇ ਤਰ੍ਹਾਂ ਹੀ ਆਪਾਂ ਬਾਕੀ ਸਾਰੀਆਂ ਜਿਹੜੀਆਂ ਛੋਲਾਂ ਦੀਆਂ ਪਿੰਨੀਆਂ ਨੇ ਇਹ ਵੀ ਬਣਾ ਕੇ ਤਿਆਰ ਕਰ ਲਾਂਗੇ ਇੱਕ ਪਿੰਨੀ ਆਪਾਂ ਇਹ ਬਣਾ ਲਈ ਹੈ ਇਸੀ ਤਰ੍ਹਾਂ ਬਾਕੀ ਸਾਰੀਆਂ ਪਿੰਨੀਆਂ ਨੇ ਉਹ ਵੀ ਮੈਂ ਬਣਾ ਲਈਆਂ ਤੋੜ ਕੇ ਤੁਹਾਨੂੰ ਦਿਖਾਉਣੀ ਆ ਇਹ ਦੇਖੋ ਬਿਲਕੁਲ ਵੀ ਤੁਹਾਨੂੰ ਇਹ ਚੀਜ਼ ਫੀਲ ਨਹੀਂ ਹੋਏਗੀ ਕਿ ਆਪਾਂ ਨੂੰ ਘਿਓ ਤੋਂ ਬਿਨਾ ਬਣਾਇਆ ਬਹੁਤ ਹੀ ਸੌਫਟ ਵਾਲੀਆਂ ਪਿੰਨੀਆਂ ਨੇ ਜਿਹੜੀਆਂ ਦੁੱਧ ਦੀ ਵਜ੍ਹਾ ਨਾਲ ਬਣ ਕੇ ਤਿਆਰ ਹੁੰਦੀਆਂ ਨੇ ਤੇ ਜੇ ਤੁਹਾਨੂੰ ਅੱਜ ਦੀ ਇਹ ਰੈਸਪੀ ਚੰਗੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਚੈਨਲ ਤੇ ਨਵੇਂ ਹੋ ਜੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਹਾਂ ਜਿਦੇ ਨਾਲ ਹਰ ਇੱਕ ਨਵੀਂ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਹੈ ਜਿਹੜੀ ਮਿਲਦੀ ਰਹੇਗੀ ਜਲਦੀ ਆਪਾਂ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ